ਗ੍ਰੀਨ ਰੈਵੋਲੂਸ਼ਨ ਲਿਆ ਕੇ ਸਭ ਤੋਂ ਪਹਿਲਾਂ ਜੇ ਭਾਰਤ ਨੂੰ ਆਤਮ ਨਿਰਭਰ ਕਰਨ ਦਾ ਕੰਮ ਕੀਤਾ ਤਾਂ ਸਾਡੇ ਪੰਜਾਬ ਦੇ ਕਿਸਾਨਾਂ ਨੇ ਕੀਤਾ। ਜਦੋਂ ਭਾਰਤ ਨੂੰ ਅਮਰੀਕਾ ਵਰਗੀਆਂ ਤਾਕਤਾਂ ਤੋਂ ਮੰਗਣਾ ਪੈਂਦਾ ਸੀ ਤਾਂ ਅਸੀਂ ਗ੍ਰੀਨ ਰੈਵੋਲੂਸ਼ਨ ਲਿਆ ਕੇ ਪੰਜਾਬ ਨੂੰ ਦੇਸ਼ ਨੂੰ ਆਤਮ ਨਿਰਭਰ ਕੀਤਾ। ਕੱਲੀਆਂ ਦੇਸ਼ ਤੋਂ ਆਜ਼ਾਦ ਕਰਵਾਉਣ ਲਈ ਸ਼ਹਾਦਤਾਂ ਨਹੀਂ ਦਿੱਤੀਆਂ ਉਸ ਮੇਰੇ ਬਹੁਤ ਹੀ ਸਤਿਕਾਰਯੋਗ ਮੀਤ ਹੇਰ ਮੇਰੇ ਭਰਾ ਜੀ, ਪਹਿਲਾਂ ਤੁਸੀਂ ਪੰਜਾਬ ਦੇ ਮੰਤਰੀ ਸੀ ਔਰ ਇਸ ਟਾਈਮ ਤੁਸੀਂ MP ਬਣੇ ਹੋਏ ਹੋ ਸੰਗਰੂਰ ਦੇ, ਤੇ ਮੈਂ ਅੱਜ ਤੁਸੀਂ ਲੋਕ ਸਭਾ ਦੇ ਵਿੱਚ ਜਾ ਕੇ ਗੱਜ ਰਹੇ ਆ ਤੇ ਗੱਜ ਗੱਜ ਕੇ ਪੰਜਾਬ ਦੀਆਂ ਪ੍ਰਾਪਤੀਆਂ ਦੱਸ ਰਹੇ ਆ। ਮੇਰੀ ਬੇਨਤੀ ਇਹ ਆ ਕਿ ਸਵਾਲ ਚੱਕਣੇ ਬਹੁਤ ਸੌਖੇ ਹੁੰਦੇ ਆ, ਤੁਸੀਂ ਅਕਾਲੀਆਂ ਨੂੰ ਸਵਾਲ ਚੱਕੇ ਆ, ਕਾਂਗਰਸੀਆਂ ਨੂੰ ਸਵਾਲ ਚੱਕੇ ਆ, ਪਰ ਯਕੀਨ ਮੰਨੋ ਮੇਰੇ ਮੀਤ ਹੇਰ ਭਰਾ ਜੀ, ਤੁਸੀਂ ਪੰਜਾਬ ਵਾਸਤੇ ਕੱਖ ਨਹੀਂ ਕੀਤਾ। ਅੱਜ ਤੁਸੀਂ ਉਹਨਾਂ ਨੂੰ ਦੱਸ ਰਹੇ ਆ ਜਿਹੜੇ ਅੱਜ ਕੇਂਦਰ ਦੇ ਵਿੱਚ ਬੈਠੇ ਆ, ਉਹਨਾਂ ਨੂੰ ਅੱਜ ਪੰਜਾਬ ਦੀਆਂ ਪ੍ਰਾਪਤੀਆਂ ਗਿਣਾ ਰਹੇ ਆ ਕਿ ਪੰਜਾਬ ਨੇ ਆ ਲੈ ਕੇ ਆਂਦਾ, ਪੰਜਾਬ ਨੇ ਗਰੀਬੀ ਹਟਾਈ ਆ, ਪੰਜਾਬ ਨੇ ਆ ਕੀਤਾ। ਪਰ ਮੈਂ ਅੱਜ ਤੁਹਾਨੂੰ ਬੇਨਤੀ ਇਹ ਕਰਦਾ ਕਿ ਅੱਜ ਪੰਜਾਬ ਜਿਹੜਾ ਕਦੇ ਦੇਸ਼ ਜਿਵੇਂ ਤੁਸੀਂ ਦੱਸ ਰਹੇ ਆ ਅਮੈਰੀਕਾ ਵਰਗਿਆਂ ਤੋਂ ਮੰਗਦਾ ਸੀ, ਪਰ ਅੱਜ ਜਿਹੜਾ ਖੁਦ ਪੰਜਾਬ ਆ ਇਹ ਅੱਜ ਖੁਦ ਮੰਗਤਾ ਹੋਇਆ ਪਿਆ। ਅੱਜ ਇਹ ਜਿਹੜਾ ਪੰਜਾਬ ਆ ਇਹ ਇੰਨਾ ਕੁ ਮੰਗਤਾ ਹੋਇਆ ਪਿਆ ਕਿ ਇਹਦੇ ਬਾਰੇ ਕੋਈ ਗੱਲ ਨਹੀਂ ਕਰਦਾ। ਔਰ ਮੰਗਤਾ ਵੇਖੋ, ਕਦੇ ਸਮਾਂ ਸੀ ਕਿ ਅਮਰੀਕਾ ਵਰਗਿਆਂ ਤੋਂ ਮੰਗਦੇ ਸੀ, ਪਰ ਅੱਜ ਪੰਜਾਬ 'ਤੇ ਇਹੋ ਜਿਹਾ ਸਮਾਂ ਆਇਆ ਪਿਆ ਜਿਹੜੇ ਪੰਜਾਬ ਦੇ ਨੌਜਵਾਨ ਆ ਉਹ ਮਲੇਸ਼ੀਆ ਵਰਗੀਆਂ ਕੰਟਰੀਆਂ ਤੋਂ ਮੰਗਦੇ ਫਿਰਦੇ ਆ, ਔਰ ਦੁਬਈ ਵਰਗੀਆਂ ਕੰਟਰੀਆਂ ਤੋਂ ਮੰਗਦੇ ਫਿਰਦੇ ਆ। ਅੱਜ ਪੰਜਾਬ ਦੇ ਨੌਜਵਾਨਾਂ ਨੂੰ ਇਹ ਕਿਹਾ ਜਾਵੇ ਕਿ ਆਓ ਤੁਹਾਨੂੰ 2 ਡੰਗ ਦੀ ਰੋਟੀ ਔਰ ਤੁਹਾਨੂੰ ਮਹੀਨੇ ਦਾ 20,000 ਰੁਪਈਆ ਤੁਸੀਂ ਸਾਡੇ ਕੋਲੋਂ ਲੈ ਲਓ, ਤੇ ਜਿਹੜੀ ਮਰਜ਼ੀ ਕੰਟਰੀ ਦੇ ਵਿੱਚ ਉਹ ਕਹਿਣਗੇ, ਅੱਜ ਪੰਜਾਬ ਦੇ ਨੌਜਵਾਨ ਭੱਜ ਕੇ ਜਾਣਗੇ। ਔਰ ਦੂਸਰੀ ਗੱਲ ਯਾਦ ਰੱਖੋ ਕਿ ਅੱਜ ਜਿਹੜਾ ਪੰਜਾਬ ਆ ਅੱਜ ਪੈਸੇ ਭਰ ਭਰ ਕੇ ਅੱਜ ਆਈਲੈਂਡਸਾਂ ਕਰਕੇ ਅੱਜ ਆ ਵੀਜ਼ੇ ਲਵਾ ਕੇ ਲੱਖਾਂ ਰੁਪਈਆ ਖਰਚ ਕਰਕੇ ਬਾਹਰਲੀਆਂ ਕੰਟਰੀਆਂ 'ਚ ਜਾ ਰਿਹਾ। ਤੁਹਾਡੀ ਪੰਜਾਬ ਦੇ ਵਿੱਚ ਸਰਕਾਰ ਆ, ਪਹਿਲਾਂ ਪੰਜਾਬ ਦੇ ਲੋਕਾਂ ਵਾਸਤੇ ਤੁਸੀਂ ਤਾਂ ਕੁਛ ਕਰੋ। ਜਿਹੜੇ ਅੱਜ ਖਿਡਾਰੀਆਂ ਦੇ ਨਾਮ ਦੱਸ ਰਹੇ ਆ ਕਿ ਫਲਾਨੇ ਨੇ ਇੰਨੀਆਂ ਵਿਕਟਾਂ ਲੈ ਲਈਆਂ, ਸਾਡੇ ਰਾਸ਼ਟਰਪਤੀ ਜੀ ਪੰਜਾਬ ਦੀ ਗੱਲ ਨਹੀਂ ਕਰ ਰਹੇ, ਮਾਫੀ ਚਾਹੁੰਦਾ। ਅੱਜ ਤੋਂ ਕੁਛ ਸਮੇਂ ਪਹਿਲਾਂ ਪੰਜਾਬ ਨੂੰ ਬਦਨਾਮ ਵੀ ਤੁਸੀਂ ਕਰਦੇ ਰਹੇ ਆ, ਜਿਹੜਾ ਜ਼ੋਰ ਤੁਸੀਂ ਦੂਜੀਆਂ ਪਾਰਟੀਆਂ ਨੂੰ ਹਰਾਉਣ ਤੇ ਲਾਇਆ ਤੇ ਲੋਕਾਂ ਨੇ ਤੁਹਾਨੂੰ ਸਿਰ ਤੇ ਬਿਠਾ ਲਿਆ। ਕੀ ਅੱਜ ਪੰਜਾਬ ਨੂੰ ਤੁਸੀਂ ਉੱਤੇ ਲਿਜਾਣ ਵਾਸਤੇ ਕੀ ਕੰਮ ਕਰ ਰਹੇ ਆ? ਤੁਸੀਂ ਇਹ ਦੱਸੋ ਕਿ ਪੰਜਾਬ ਦੇ ਵਿੱਚ ਅੱਜ ਚਿੱਟਾ ਬਹੁਤ ਤਗੜਾ ਮੁੱਦਾ, ਪਰ ਲੋਕ ਹੱਥ ਤੇ ਹੱਥ ਮਾਰ ਕੇ ਗਾਂ ਲੰਘੀ ਜਾਂਦੇ ਆ। ਅੱਜ ਸਾਡੇ ਪੰਜਾਬ ਦੇ ਵਿੱਚ ਕੋਈ ਸਮਾਂ ਹੁੰਦਾ ਸੀ, ਆਪਾਂ ਸੁਣਦੇ ਹਾਂ ਜਿਸ ਟਾਈਮ ਤੇ ਧੀਆਂ ਭੈਣਾਂ ਨੂੰ, ਮੈਂ ਪੰਜਾਬ ਦੀ ਗੱਲ ਨਹੀਂ ਕਰ ਰਿਹਾ, ਦੇਸ਼ ਦੀ ਗੱਲ ਕਰ ਰਿਹਾ ਇਸ ਵਕਤ, ਕਿਉਂ ਜਿਹੜੀਆਂ ਕਹਿ ਲਓ ਧੀਆਂ ਜਦੋਂ ਜੰਮਦੀਆਂ ਸੀ ਉਹਨਾਂ ਦੇ ਗਲ 'ਚ ਅੰਗੂਠੇ ਦੇ ਦਿੰਦੇ ਸੀ, ਪਰ ਅੱਜ ਪੰਜਾਬ ਦੇ ਵਿੱਚ ਹਾਲਾਤ ਇਹੋ ਜਿਹੇ ਬਣੇ ਪਏ ਆ, ਅੱਜ ਜਦੋਂ ਮੁੰਡਾ 16-17 ਸਾਲਾਂ ਦਾ ਹੁੰਦਾ ਅੱਜ ਉਹਦੇ ਗਲ 'ਚ ਅੰਗੂਠਾ ਦੇਣ ਨੂੰ ਜੀ ਕਰਦਾ, ਉਹਦਾ ਕਾਰਨ ਕੀ ਆ? 16-16 ਸਾਲ ਦੇ ਮੁੰਡੇ ਅੱਜ ਸਾਡੀ 13-13 ਸਾਲ ਦੇ ਬੱਚੇ ਆ ਜਿਹੜੇ ਉਹ ਵੀ ਨਸ਼ੇ 'ਚ ਬਰਬਾਦ ਹੋਏ ਪਏ ਆ। ਤੁਸੀਂ ਕਦੇ ਨਸ਼ਾ ਬੰਦ ਕਰਾਓਗੇ ਪੰਜਾਬ ਦੇ ਵਿੱਚ? ਜਦੋਂ ਤੁਹਾਡੀ ਸਰਕਾਰ ਆਈ ਸੀ ਤੁਸੀਂ ਇਹ ਕਿਹਾ ਸੀ
ਕਿ ਸਾਨੂੰ ਥੋੜ੍ਹਾ ਜਿਹਾ ਸਮਾਂ ਲੱਗੂਗਾ, ਪਰ ਥੋੜ੍ਹਾ ਥੋੜ੍ਹਾ ਕਰਦਿਆਂ ਨੇ ਤੁਸੀਂ ਅੱਜ ਜਿਹੜਾ ਸਮਾਂ ਉਹ ਯਾਦ ਰੱਖੋ, ਥੋੜ੍ਹਾ ਥੋੜ੍ਹਾ ਕਰਦਿਆਂ ਨੇ ਤੁਸੀਂ 3 ਸਾਲ ਲੰਘਾ ਦਿੱਤੇ ਆ। ਤਿੰਨਾਂ ਸਾਲਾਂ ਦੇ ਵਿੱਚ ਕਿਹੜੇ ਹਲਕੇ ਦੇ ਵਿੱਚੋਂ ਤੁਸੀਂ ਚਿੱਟਾ ਬੰਦ ਕਰਕੇ ਰੱਖਤਾ, ਸਾਨੂੰ ਉਹ ਹਲਕੇ ਦਾ ਨਾਂ ਦੱਸੋ। ਔਰ ਅੱਜ ਜਿਹੜੇ ਜਿਨ੍ਹਾਂ ਤੋਂ ਤੁਸੀਂ ਅੱਜ ਹੱਕ ਮੰਗ ਰਹੇ ਆ ਪੰਜਾਬ ਵਾਸਤੇ, ਔਰ ਤੁਸੀਂ ਇਹ ਕਹਿ ਰਹੇ ਆ ਕਿ ਪੰਜਾਬ ਆਪਦਾ ਹੱਕ ਮੰਗਦਾ, ਪੀਐਮ ਸਾਹਿਬ ਪੰਜਾਬ ਕੋਈ ਭੀਖ ਨਹੀਂ ਮੰਗ ਰਿਹਾ, ਉਸੇ ਤਰ੍ਹਾਂ ਨੌਜਵਾਨ ਪੀੜ੍ਹੀ ਸਾਡੀਆਂ ਧੀਆਂ ਭੈਣਾਂ ਤੁਹਾਡੇ ਬਾਰਾਂ ਚ ਆ ਕੇ ਰੁਜ਼ਗਾਰ ਮੰਗਦੇ ਹੁੰਦੇ ਆ, ਤੁਸੀਂ ਉਦੋਂ ਲਾਠੀ ਚਾਰਜ ਕਰਾ ਦਿੰਦੇ ਆ, ਤੁਸੀਂ ਉਦੋਂ ਸਾਡੀਆਂ ਧੀਆਂ ਭੈਣਾਂ ਦੀਆਂ ਚੁੰਨੀਆਂ ਤੱਕ ਲਵਾ ਦਿੰਦੇ ਆ, ਔਰ ਸਾਡੇ ਨੌਜਵਾਨਾਂ ਦੀਆਂ ਪੱਗਾਂ ਤੱਕ ਲੈ ਜਾਂਦੀਆਂ। ਮੀਤ ਹੇਅਰ ਜੀ ਉਹ ਵੀ ਆਪਦਾ ਹੱਕ ਮੰਗਦੇ ਹੁੰਦੇ ਆ, ਟੈਂਕੀਆਂ ਤੇ ਚੜ੍ਹਿਆਂ ਕੋਲ ਪਹਿਲਾਂ ਤੁਸੀਂ ਜਾਂਦੇ ਸੀ, ਪਰ ਅੱਜ ਜਿਹੜੇ ਟੈਂਕੀਆਂ ਤੇ ਚੜ੍ਹੇ ਬੈਠੇ ਆ ਤੁਸੀਂ ਉਹਨਾਂ ਵੱਲ ਧਿਆਨ ਨਹੀਂ ਕਰ ਰਹੇ, ਉਹ ਵੀ ਅੱਜ ਆਪਦਾ ਹੱਕ ਮੰਗ ਰਹੇ ਆ, ਤੁਸੀਂ ਉਹਨਾਂ ਵੱਲ ਧਿਆਨ ਨਹੀਂ ਕਰਦੇ ਤੇ ਕੇਂਦਰ ਤੁਹਾਡੇ ਵੱਲ ਧਿਆਨ ਨਹੀਂ ਕਰਦੀ। ਜਿਸ ਦਿਨ ਤੁਸੀਂ ਪੰਜਾਬ ਦੇ ਲੋਕਾਂ ਵੱਲ ਧਿਆਨ ਦੇਤਾ, ਜਿਸ ਦਿਨ ਪੰਜਾਬ ਦੇ ਲੋਕਾਂ ਦੇ ਨਾਲ ਖੜ ਗਏ, ਉਸ ਟਾਈਮ ਤੇ ਇਹ 3 ਕਰੋੜ ਆਬਾਦੀ ਪੰਜਾਬ ਦੀ ਤੁਹਾਡੇ ਨਾਲ ਖੜ ਜੂਗੀ। ਫਿਰ ਕਿਸੇ ਵੀ ਹਕੂਮਤ ਦਿਆ ਯਾਦ ਰੱਖੋ ਵਸ ਨਹੀਂ ਚੱਲਣਾ, ਔਰ ਕਿਸੇ ਦੀ ਹਿੰਮਤ ਨਹੀਂ ਪੈਣੀ ਪੰਜਾਬ ਦੇ ਫੰਡ ਰੋਕਣ ਦੀ, ਔਰ ਇਹ ਹਿੰਮਤ ਇਸ ਵਕਤ ਉਹਨਾਂ ਨੂੰ ਕੌਣ ਦੇ ਰਿਹਾ? ਤੁਸੀਂ ਦੇ ਰਹੇ ਹਾਂ, ਕਿਉਂਕਿ ਪੰਜਾਬ 'ਚ ਏਕਾ ਨਹੀਂ ਰਿਹਾ। ਅਸੀਂ ਤੁਹਾਡੇ ਕੰਮਾਂ ਦੇ ਵਿਰੁੱਧ ਬੋਲ ਰਹੇ ਹਾਂ, ਪੰਜਾਬ ਰੁਜ਼ਗਾਰ ਤੋਂ ਮਰ ਰਿਹਾ। ਔਰ ਭਰਾਵਾ ਪੰਜਾਬ ਨੂੰ ਉੱਤੇ ਲੈ ਕੇ ਜਾਣ ਵਾਲੇ 3-4 ਰਾਹ। ਪਹਿਲਾ ਰਾਹ ਹੈਗਾ ਸਿਹਤ, ਜੰਮਦੇ ਬੱਚੇ ਨੂੰ ਸਿਹਤ ਚਾਹੀਦੀ ਆ, ਮੈਂ ਕਈ ਵਾਰੀ ਕਹਿ ਚੁੱਕਿਆ, ਹੁਣ ਤਾਂ ਮੈਨੂੰ ਕਹਿੰਦੇ ਨੂੰ ਵੀ ਸ਼ਰਮ ਆਉਂਦੀ ਆ। ਦੂਜਾ ਸਿੱਖਿਆ ਔਰ ਤੀਜਾ ਰੁਜ਼ਗਾਰ, ਇਹ 3 ਚੀਜ਼ਾਂ ਬਖਸ਼ੋ ਪੰਜਾਬ ਦੇ ਲੋਕਾਂ ਨੂੰ। ਯਾਦ ਰੱਖੋ ਪੰਜਾਬ 1 ਨੰਬਰ 'ਤੇ ਆਊਗਾ। ਉਹ ਭਰਾਵਾ ਕਿਹੜੇ ਪੰਜਾਬ ਵਾਸਤੇ ਹੱਕ ਮੰਗੀ ਜਾਂਦਾ? ਪੰਜਾਬ ਦੇ ਵਿੱਚ ਤਾਂ ਦੂਜੀਆਂ ਸਟੇਟਾਂ ਤੋਂ ਆਏ ਲੋਕਾਂ ਵਾਸਤੇ ਹੱਕ ਮੰਗਣ ਵਾਲੀ ਗੱਲ ਹੀ ਰਹਿ ਜੂਗੀ। ਅੱਜ ਤੋਂ 2-3 ਸਾਲਾਂ ਬਾਅਦ ਪੰਜਾਬ ਦੇ ਵਿੱਚ ਕਦੇ ਗਰੀਬ ਦੀ ਤੁਸੀਂ ਗੱਲ ਨਹੀਂ ਕੀਤੀ, ਫਿਰ ਤੁਸੀਂ ਗੱਲ ਕੀਤੀ ਆ ਕਿਸਾਨ ਦੀ ਕਿ ਸਾਡੇ ਪੰਜਾਬ ਦੇ ਕਿਸਾਨਾਂ ਨੇ ਆਹ ਲੈ ਕੇ ਆਂਦਾ ਤੇ ਅੱਜ ਭਾਰਤ ਨੂੰ ਆਪਦੇ ਆਪ ਜਿਹੜਾ ਕਹਿ ਲਓ ਆਪਦੇ ਆਪ ਉਹਨਾਂ ਨੇ ਰਾਖਾ ਬਣਾਇਆ, ਤੇ ਕਦੇ ਭਾਰਤ ਮੰਗਦਾ ਹੁੰਦਾ ਸੀ ਅਮਰੀਕਾ ਵਰਗਿਆਂ ਤੋਂ। ਤੇ ਭਰਾਵਾ ਫਿਰ ਉਹ ਕਿਸਾਨਾਂ ਵਾਸਤੇ ਤੁਸੀਂ ਕੀ ਕੀਤਾ? ਫਿਰ ਉਹ ਮਜ਼ਦੂਰਾਂ ਵਾਸਤੇ ਤੁਸੀਂ ਕੀ ਕੀਤਾ? ਮਜ਼ਦੂਰਾਂ ਨੇ ਸਭ ਤੋਂ ਜ਼ਿਆਦਾ ਵੋਟਾਂ ਤੁਹਾਨੂੰ ਪਾਈਆਂ, ਪਰ ਅੱਜ ਮਜ਼ਦੂਰੀ ਤੁਹਾਡੇ ਤੋਂ ਹੱਕ ਮੰਗਣ ਵਾਸਤੇ ਆਹ ਧਰਨੇ ਲਾ ਕੇ ਰੱਖਦੇ ਆ। ਐਤਵਾਰ ਨੂੰ ਆ ਮੇਰੇ ਹਿਸਾਬ ਦੇ ਨਾਲ ਧੂਰੀ ਦੇ ਵਿੱਚ ਧਰਨਾ ਲੱਗਿਆ ਸੀ, ਉਸ ਟਾਈਮ ਤੇ ਧੂਰੀ ਵੀ ਤੁਹਾਡੇ ਸੰਗਰੂਰ ਦੇ ਵਿੱਚ ਹੀ ਪੈਂਦਾ, ਤੇ ਮੀਤ ਹੇਅਰ ਜੀ ਉੱਥੇ ਜਾਂਦੇ ਜਾਂਦਿਆਂ ਨੂੰ ਤੁਹਾਨੂੰ ਕੀ ਹੋ ਗਿਆ ਸੀ? ਉੱਥੇ ਜਾਂਦਿਆਂ ਦਾ ਤੁਹਾਡਾ ਤੇਲ ਖਤਮ ਹੁੰਦਾ ਸੀ, ਤਾਂ ਜਿਹੜੇ ਉੱਥੇ ਮਜ਼ਦੂਰ ਧਰਨੇ ਤੇ ਬੈਠੇ ਸੀ ਐਤਵਾਰ ਜਿਹੜਾ ਲੰਘ ਕੇ ਗਿਆ, ਅੱਜ 14 ਤਰੀਕ ਆ ਤੇ ਐਤਵਾਰ ਨੂੰ ਤਰੀਕ ਬਣਾ ਲਾ ਕਿਹੜੀ ਬਣਦੀ ਆ? ਉਹ ਦਿਨ ਯਾਦ ਰੱਖੋ ਤੁਹਾਨੂੰ 10-10 ਰੁਪਈਏ ਪਾ ਕੇ ਉਹਨਾਂ ਨੇ ਤੇਲ ਵੀ ਪਵਾ ਦੇਣਾ ਸੀ ਗੱਡੀਆਂ ਦੇ ਵਿੱਚ, ਪਰ ਤੁਸੀਂ ਉਹਨਾਂ ਦੇ ਕੋਲ ਨਹੀਂ ਗਏ। ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਗੱਲ ਦੂਜੀ ਦੀ ਵੀ ਸੁਣ ਲਓ। ਉਸ ਤੋਂ ਬਾਅਦ 2047 ਤੋਂ ਲੈ ਕੇ ਮੈਨੂੰ ਨਹੀਂ ਲੱਗਦਾ ਸਭਾਪਤੀ ਜੀ ਕਦੇ ਵੀ ਕੋਈ ਦਿਨ ਹੋਣਾ ਜੀ ਪੰਜਾਬ ਦੇ ਪੁੱਤਾਂ ਦੀਆਂ ਲਾਸ਼ਾਂ ਤੋਂ ਰਾਖੀ ਕਰਦਿਆਂ ਦੀਆਂ ਤਰੰਗਿਆਂ 'ਚ ਲਪੇਟ ਕੇ ਜੀ ਅੱਛਾ ਜੇ ਓਲੰਪਿਕ 'ਚ ਟੀਮ ਤੌਰ ਤੇ ਮੈਡਲ ਵੀ ਸਾਡੇ ਦੇਸ਼ ਦਾ ਆਇਆ ਤਾਂ ਪਹਿਲਾਂ ਯੋਗਦਾਨ ਟੀਮ ਤੌਰ ਤੇ ਵੀ ਸਾਡੇ
ਪੰਜਾਬ ਦੇ ਹਾਕੀ ਦੇ ਖਿਡਾਰੀ ਬਲਬੀਰ ਸਿੰਘ ਸੀਨੀਅਰ ਵਰਗਾ ਦੱਸੀ ਜੀ, ਪਰ ਉਹ ਪਾਸੇ ਰਹਿ ਗਏ, ਉਹ ਪੰਜਾਬ ਦਾ ਨਹੀਂ ਸੋਚਣਗੇ ਜਿਨ੍ਹਾਂ ਨੂੰ ਇਹ ਗੱਲਾਂ ਦੱਸ ਰਹੇ ਆ। ਪਰ ਸਾਡੇ ਪੰਜਾਬ ਦੇ ਵਿੱਚ ਹੀ ਬਹੁਤ ਸਾਰੇ ਖਿਡਾਰੀ ਖੇਡਣ ਵਾਲੇ ਅੱਜ ਖੇਤਾਂ 'ਚ ਝੋਨਾ ਲਾਉਂਦੇ ਫਿਰਦੇ ਆ। ਮੀਤ ਹੇਅਰ ਜੀ, ਉੱਥੇ ਤੁਹਾਡੀ ਸਰਕਾਰ ਨੇ ਉਹਨਾਂ ਵਾਸਤੇ ਕੀ ਕਰਤਾ? ਅੱਜ ਬਹੁਤ ਸਾਰੇ ਚੰਗੇ ਖਿਡਾਰੀ ਅੱਜ ਉਹ ਰੁਜ਼ਗਾਰ ਵਾਸਤੇ ਮਰਦੇ ਫਿਰਦੇ ਆ, ਤੁਸੀਂ ਉਹਨਾਂ ਵਾਸਤੇ ਕੀ ਕਰਤਾ? ਤੁਸੀਂ ਹਰ ਲੋ ਫਰ ਲੋ ਪਰ ਲੋ ਚਰ ਲੋ ਕਰ ਲੋ ਵਰ ਲੋ ਚਰ ਲੋ ਕਰਨ ਤੋਂ ਬਿਨਾਂ ਤੁਹਾਡੀ ਸਰਕਾਰ ਨੇ ਕਿਹੜਾ ਕੰਮ ਕੀਤਾ? ਹਰ ਲੋ ਹਰ ਲੋ ਹਰ ਲੋ ਹਰ ਲੋ ਹਰ ਲੋ ਕਰਨ ਤੋਂ ਸਿਵਾਏ ਕਿਹੜਾ ਕੰਮ ਕਰਤਾ? ਪੰਜਾਬ ਦੇ ਖਿਡਾਰੀਆਂ ਵਾਸਤੇ ਤੁਸੀਂ ਕਿਹੜਾ ਕਾਨੂੰਨ ਲੈ ਕੇ ਆ ਗਏ? ਤੁਸੀਂ ਅੱਜ ਗਰੀਬ ਘਰਾਂ ਦੇ ਬੱਚੇ ਜਿਹੜੇ ਸਕੂਲਾਂ 'ਚ ਖੇਡ ਖੇਡ ਕੇ ਪਲੱਸ ਟੂ ਤੋਂ ਬਾਅਦ ਉਹਨਾਂ ਨੂੰ ਕਦੇ ਕੋਈ ਰਾਹ ਨਹੀਂ ਮਿਲਦਾ। ਮੇਰੀ ਸਿਸਟਰ ਖੁਦ ਮੱਧ ਪ੍ਰਦੇਸ਼ ਤੱਕ ਖੇਡ ਕੇ ਆਈ ਹੈ ਨੈਸ਼ਨਲ ਕਬੱਡੀ, ਪਰ ਉਹਨਾਂ ਉਹਦੇ ਨਾਲ ਦੀਆਂ ਕੁੜੀਆਂ ਬਹੁਤ, ਅੱਜ ਉਹਨਾਂ ਵਾਸਤੇ ਤੁਸੀਂ ਕੀ ਕਰਤਾ? ਛੇਵੀਂ ਤੋਂ ਲੈ ਕੇ ਪਲੱਸ ਟੂ ਤੱਕ ਬੱਚੇ ਖੇਡਦੇ ਆ, ਪਰ ਉਦੋਂ ਬਾਅਦ ਉਹਨਾਂ ਕੋਲ ਕੋਈ ਰਾਹ ਨਹੀਂ ਹੈਗੇ। ਦੱਸੋ ਉਹਨਾਂ ਨੂੰ ਕਿਹੜੇ ਰਾਹ ਤੁਸੀਂ ਦੇਤੇ ਆ? ਉਹ ਖਿਡਾਰੀਆਂ ਦੀ ਗੱਲ ਉਹਨਾਂ ਅੱਗੇ ਜੇ ਕਰ ਰਹੇ ਆ, ਪਹਿਲਾਂ ਜਿਹੜੇ ਪੰਜਾਬ ਦੇ ਖਿਡਾਰੀ ਉੱਠ ਰਹੇ ਆ, ਕੋਈ ਉਹਨਾਂ ਖਿਡਾਰੀਆਂ ਵਾਸਤੇ ਕੁਛ ਕਰੋ ਜਿਹੜਾ ਪੰਜਾਬ ਦਾ ਨਾਂ ਉੱਚਾ ਕਰਨ। ਤੁਸੀਂ ਉਹ ਤਾਂ ਨਾਂ ਉੱਚਾ ਕਰਦੇ ਆਏ ਆ ਭੁੱਖਾਂ ਤੇਹਾਂ ਨਾਲ, ਜਿਹੜੇ ਮਰਦੇ ਆਉਂਦੇ ਆ ਫਿਰ ਉਹ ਵਿਚਾਰੇ ਖਿਡਾਰੀ ਬਣਦੇ ਆ। ਕਈ ਪਿੰਡ ਦੇ ਲੋਕ ਉਹਨਾਂ ਦੀ ਮਦਦ ਕਰ ਦਿੰਦੇ ਆ, ਕੋਈ ਆਸੇ ਪਾਸੇ ਦੇ ਲੋਕ ਮਦਦ ਕਰ ਦਿੰਦੇ ਆ, ਪਰ ਤੁਹਾਡੇ ਪਿੰਡਾਂ ਦੇ ਲੀਡਰ ਔਰ ਤੁਹਾਡੇ ਹਲਕਿਆਂ ਦੇ MLA ਉਹ ਸੌਂ ਜਾਂਦੇ ਆ। ਉਹ ਕਿਹੜੀ ਗੂੜੀ ਨੂੰਦ ਸੁੱਤੇ ਪਏ ਹੁੰਦੇ ਆ? ਅੱਜ ਹਰ ਹਲਕੇ ਦੇ ਵਿੱਚ ਚਿੱਟੇ ਦੇ ਨਾਲ ਖਿਡਾਰੀ ਮਰ ਰਹੇ ਆ। ਤੁਸੀਂ ਦੱਸੋ ਖਿਡਾਰੀ, ਮੈਂ ਤਾਂ ਕਹਿ ਰਿਹਾ ਕਿਉਂਕਿ ਅੱਗੇ 13 ਸਾਲਾਂ ਤੋਂ ਲੈ ਕੇ 9 ਸਾਲਾਂ ਤੋਂ ਲੈ ਕੇ ਬੱਚੇ ਖਿਡਾਰੀ ਪੁਣੇ ਵੱਲ ਜਾ ਵੜਦੇ ਸੀ, ਪਰ ਅੱਜ ਬਈ 9 ਸਾਲ ਤੋਂ ਲੈ ਕੇ ਜਦੋਂ 9 ਸਾਲ ਦੀ ਉਮਰ ਸ਼ੁਰੂ ਹੁੰਦੀ ਆ ਬੱਚੇ ਨਸ਼ੇ ਵੱਲ ਨੂੰ ਵੱਧ ਜਾਂਦੇ ਆ। ਮੈਂ ਤਾਂ ਉਹਨਾਂ ਨੂੰ ਖਿਡਾਰੀ ਕਹੂੰਗਾ, ਮੈਂ ਤਾਂ ਉਹਨਾਂ ਨੂੰ ਯੋਧੇ ਹੀ ਕਹੂੰਗਾ। ਅੱਜ ਸੜਕਾਂ 'ਤੇ ਯੋਧੇ ਰੁਲਦੇ ਫਿਰਦੇ ਆ। ਮੀਤ ਹੇਅਰ ਜੀ, ਪਹਿਲਾਂ ਉਹਨਾਂ ਵਾਸਤੇ ਕੁਛ ਕਰੋ, PM ਸਾਹਿਬ ਨੂੰ ਬਾਅਦ ਦੇ ਵਿੱਚ ਸਵਾਲ ਕਰੋ ਜੇ ਕਦੇ ਉਹਨਾਂ ਵਾਸਤੇ ਕਰੋ। ਹਰ ਹਲਕੇ 'ਚ ਚਿੱਟਾ ਵੇਖ ਰਿਹਾ, ਹਰ ਹਲਕੇ 'ਚ ਸੱਟਾ ਚੱਲ ਰਿਹਾ। ਆ ਤੁਹਾਡੇ ਜਿਹੜੇ ਕਹਿ ਲਓ ਸ਼ਰਾਬ ਤੋਂ ਬਿਨਾਂ ਸਰਕਾਰ ਨਹੀਂ ਚੱਲਦੀ, ਇਹ ਮਾਨ ਸਾਹਿਬ ਦੂਜੀਆਂ ਕਹਿੰਦੇ ਹੁੰਦੇ ਸੀ ਨਾ ਸਰਕਾਰਾਂ ਨੂੰ। ਅੱਜ ਸ਼ਰਾਬ 'ਤੇ ਤੁਸੀਂ ਕਿੰਨੀ ਕੁ ਰੋਕਥਾਮ ਲਾਤੀ ਆ? ਸਿਗਟਾਂ ਬੀੜੀਆਂ ਆ ਭਰਾਵਾ, ਆ ਦੁਕਾਨਾਂ ਛੋਟੀਆਂ ਛੋਟੀਆਂ ਦੁਕਾਨਾਂ ਤੋਂ ਮਿਲ ਜਾਂਦੇ ਆ। ਤੁਸੀਂ ਦੱਸੋ ਕਿਹੜੇ ਨੌਜਵਾਨਾਂ ਵਾਸਤੇ ਤੁਸੀਂ ਕੁਛ ਕਰਤਾ? ਐਵੇਂ ਜਿਹੜਾ ਲਿਖਿਆ ਭਾਸ਼ਣ ਹੀ ਬੋਲ ਦਿੰਦੇ ਆ ਬਸ ਲੋਕ ਸਭਾ ਵਿਧਾਨ ਸਭਾ ਵਿੱਚ, ਹੋਰ ਤੁਸੀਂ ਨੌਜਵਾਨਾਂ ਵਾਸਤੇ ਕੱਖ ਨਹੀਂ ਕਰਦੇ। ਸੁਣੀ ਚੱਲੋ ਅੱਗੇ ਆਹੋ ਰਾਸ਼ਟਰਪਤੀ ਦੇ ਭਾਸ਼ਣ ਵਿੱਚ ਤਾਂ ਪੰਜਾਬ ਦੇ ਨਾਮ ਦਾ ਜ਼ਿਕਰ ਤੱਕ ਨਹੀਂ ਜਿਹੜਾ ਉਹ ਕੀਤਾ ਗਿਆ। ਅਸੀਂ ਕੋਈ ਭੀਖ ਨਹੀਂ ਮੰਗਦੇ, ਅਸੀਂ ਆਪਦਾ ਹੱਕ ਹੈ ਜਿਹੜਾ ਉਹ ਮੰਗਦੇ ਹਾਂ। ਦੂਜੇ ਸੂਬਿਆਂ ਨੂੰ ਤੁਸੀਂ ਟੈਕਸ ਹੈਵਨ ਬਣਾ ਦਿੰਦੇ ਹੋ, ਪ੍ਰਧਾਨ ਮੰਤਰੀ ਸਪੈਸ਼ਲ ਪੈਕੇਜ ਦੇ ਦਿੰਦੇ ਆ, ਤੇ ਸਾਡਾ ਜਿਹੜਾ ਵਰਦਾ ਕਿਉਂ ਵੀ ਰੋਕਿਆ ਜਾਂਦਾ? 6,000 ਕਰੋੜ ਰੁਪਏ ਸਾਡਾ RDF ਤੇ ਰੁਕਿਆ ਹੋਇਆ, ਵਾਹ ਜੀ ਵਾਹ। 1,000 ਕਰੋੜ ਰੁਪਏ ਸਾਡਾ NHM ਦਾ ਰੁਕਿਆ ਜੀ, 557 ਕਰੋੜ ਰੁਪਏ ਸਾਡੇ SSA ਤੇ ਰੁਕ ਲਏ। ਸਾਡੇ ਜਿਹੜੇ ਹੱਕ ਨੇ ਸਾਨੂੰ ਦਿੱਤੇ ਜਾਣ। ਤੇ ਦੂਜੇ ਪਾਸੇ ਲੁਧਿਆਣੇ ਦੇ MP ਲਗਭਗ 6,000 ਕਰੋੜ ਹੀ ਕਿਹਾ ਸੀ ਨਾ, ਫਿਰ 6,000 ਕਰੋੜ ਤੋਂ 1,000 ਕਰੋੜ ਕਹਿਤਾ,
ਫਿਰ 500 ਕੁਛ ਕਰੋੜ ਕਹਿਣ ਤੋਂ ਭਾਵ 75-100 ਕਰੋੜ ਰੁਪਈਆ ਜਿਹੜਾ ਪੰਜਾਬ ਦਾ ਕੇਂਦਰ ਨੇ ਰੋਕਿਆ ਹੋਇਆ। ਪੀਐਮ ਸਾਹਿਬ ਤੁਹਾਨੂੰ ਬੇਨਤੀ ਆ ਦਿਓ ਪੰਜਾਬ ਨੂੰ ਜਿਹੜਾ ਸਾਡਾ ਪੈਸਾ ਬਣਦਾ ਜਿਹੜਾ ਬਚਿਆ ਹੋਇਆ ਤੁਹਾਡੇ ਕੋਲ ਰੁਕਿਆ ਹੋਇਆ ਫੰਡ ਆ ਸਾਡਾ ਸਾਨੂੰ ਦਿਓ ਕਿਉਂਕਿ ਉਹ ਫੰਡ ਬਹੁਤ ਜ਼ਰੂਰੀ ਆ ਕਿਉਂਕਿ ਉਹ ਫੰਡ ਕੋਈ ਪੰਜਾਬ ਨੂੰ ਅੱਗੇ ਵਧਾਉਣ ਵਾਸਤੇ ਨਹੀਂ ਚਾਹੀਦਾ ਉਹ ਫੰਡ ਲੋਕਾਂ ਦੇ ਘਰ ਬਾਰ ਵਾਸਤੇ ਨਹੀਂ ਚਾਹੀਦਾ ਹੱਥ ਬੰਨ ਕੇ ਬੇਨਤੀ ਉਹ ਜਿਹੜਾ ਫੰਡ ਆ ਸਾਡੀ ਸਰਕਾਰ ਨੂੰ ਫਲੈਗਸ ਬੈਨਰ ਲਾਉਣ ਵਾਸਤੇ ਚਾਹੀਦਾ ਦਿਓ ਤਾਂ ਕਿ ਸਾਡੇ ਪੰਜਾਬ ਦੀ ਸਰਕਾਰ ਮੀਤ ਹੇਰ ਜੀ ਆਪਦੀਆਂ ਫੋਟੋ ਲਵਾ ਸਕਣ ਕੰਧਾਂ 'ਤੇ ਇੰਨੀਆਂ ਗੁੰਮਸ਼ੁਦਾ ਦੀਆਂ ਫੋਟੋ ਨਹੀਂ ਲੱਗਦੀਆਂ ਜਿੰਨੀਆਂ ਸਾਡੀਆਂ ਸਰਕਾਰ ਦੀਆਂ ਲੱਗੀਆਂ ਦਿਓ ਫੰਡ ਮੈਂ ਤਾਂ ਧੰਨਵਾਦ ਹੀ ਕਰਦਾ ਜਿਹੜਾ ਤੁਸੀਂ ਨਹੀਂ ਦੇ ਰਹੇ ਪੰਜਾਬ ਦਾ ਦੇ 'ਚ ਕੁਛ ਵੀ ਨਹੀਂ ਹੋਣਾ ਕਿੰਨੇ ਫੰਡ ਅੱਗੇ ਪੰਜਾਬ ਨੂੰ ਆਏ ਹੋਣੇ ਆ ਪਰ ਅੱਜ ਤੱਕ ਪੰਜਾਬ ਦੇ ਲੋਕਾਂ ਦਾ ਭਲਾ ਹੋਇਆ ਕਿਸੇ ਗਰੀਬ ਨੂੰ ਕਮਰੇ ਪਾ ਕੇ ਦਿੱਤੇ ਇਹਨਾਂ ਨੇ ਕਿਸੇ ਗਰੀਬ ਦੇ ਡਿੱਗੀਆਂ ਛੱਤਾਂ ਵੱਲ ਵੇਖਿਆ ਇਹਨਾਂ ਨੇ ਕਦੇ ਗਰੀਬ ਜਿਹੜੇ ਮਰਦੇ ਫਿਰਦੇ ਆ ਦਿਨ ਰਾਤ ਦਿਹਾੜੀਆਂ ਕਰਦੇ ਆ ਉਹਨਾਂ ਦੇ ਇਹਨਾਂ ਨੇ ਧਿਆਨ ਕੀਤਾ ਕਦੇ ਜਿੱਦੇ ਮਜ਼ਦੂਰ ਦਿਨ ਹੁੰਦਾ ਉਸ ਦਿਨ ਵੀ ਮਜ਼ਦੂਰ ਦਿਹਾੜੀ ਨੂੰ ਤਰਸਦਾ ਪਿਆ ਹੁੰਦਾ ਐਤਵਾਰ ਨੂੰ ਹਰ ਕੋਈ ਮਹਿਕਮੇ ਦੇ ਵਿੱਚ ਛੁੱਟੀ ਆ ਜਾਂਦੀ ਆ ਕਦੇ ਮਜ਼ਦੂਰ ਨੂੰ ਛੁੱਟੀ ਆਈ ਆ ਦਿਓ ਯਾਰ ਕੁਛ ਨਾ ਕੁਛ ਦਿਓ ਇਹ ਫੋਟੋ ਲਵਾ ਲੈਣ ਭਾਈ ਸਾਹਿਬ ਜਿਹੜਾ ਤੁਸੀਂ ਕਰੋੜਾਂ ਰੁਪਈਆ ਫੋਟੋਆਂ 'ਤੇ ਲਾਉਂਦੇ ਆ ਮੀਤ ਹੇਅਰ ਜੀ ਜਿਹੜਾ 50-55 ਕਰੋੜ ਰੁਪਈਆ ਕੇਜਰੀਵਾਲ ਜੀ ਦੀ ਆਉਣ 'ਤੇ ਆਏ ਵਾਰ ਰੈਲੀਆਂ 'ਤੇ ਲਾ ਦਿੰਦੇ ਸੀ ਉਹ ਪੰਜਾਬ ਦੇ ਪੱਖ 'ਚ ਕਿਉਂ ਨਹੀਂ ਲਾਇਆ ਜਿਹੜੀਆਂ ਕੰਧਾਂ 'ਤੇ ਫਲੈਕਸ ਲਾਏ ਪਏ ਆ ਜਿਹੜੇ ਬੈਨਰ ਲਾਏ ਪਏ ਆ ਜਿਹੜੇ ਸ਼ਹਿਰ ਭਰੇ ਪਏ ਆ ਉਹ ਇੰਨੀਆਂ ਦਰਖਤਾਂ 'ਤੇ ਮੱਖੀਆਂ ਨਹੀਂ ਲੱਗਦੀਆਂ ਡੂਮਣਾ ਜਿੰਨੇ ਤੁਹਾਡੇ ਆਹ ਬੈਨਰ ਪੋਸਟਰ ਲੱਗ ਗਏ ਤੁਸੀਂ ਇਹ ਗੱਲ ਦਾ ਜਵਾਬ ਦਿਓ ਤੁਸੀਂ ਉਹ ਪੰਜਾਬ ਦੇ ਲੋਕਾਂ 'ਤੇ ਕਿਉਂ ਨਹੀਂ ਲਾਏ ਪੰਜਾਬ ਦੇ ਨੌਜਵਾਨ ਅੱਜ ਦੋ ਡੰਗ ਦੀ ਰੋਟੀ ਖਾਣ ਪਿੱਛੇ ਹੋਏ ਪੰਜਾਬ ਦੇ ਲੋਕ ਉੱਠੋ ਅੱਜ ਦੋ ਡੰਗ ਦੀ ਮਾਨ ਸਾਹਿਬ ਉਹ ਮੀਤ ਹੇਅਰ ਜੀ ਤੁਹਾਨੂੰ ਕਹਿੰਦਾ ਮੈਂ ਤਾਂ ਦੋ ਡੰਗ ਦੀ ਰੋਟੀ ਪਿੱਛੇ ਉਹ ਸੱਤ ਸਮੁੰਦਰੋਂ ਪਾਰ ਚੱਲੇ ਆ ਕਿੰਨੀਆਂ ਕਾਇਲਟਸਾਂ ਬੰਦ ਕਰਾਤੀਆਂ ਕਿੰਨੇ ਕੁ ਵੀਜ਼ੇ ਲੱਗਣੇ ਬੰਦ ਕਰਾਤੇ ਕਹਿਣ ਦੀਆਂ ਗੱਲਾਂ ਪੰਜਾਬ ਦੇ ਲੋਕ ਧੱਕੇ ਖਾ ਰਹੇ ਆ ਸਿਰਫ ਕਹਿਣ ਦੀਆਂ ਗੱਲਾਂ ਭਾਈ ਸਾਹਿਬ ਪੰਜਾਬ ਵਾਸਤੇ ਸੋਚੋ ਇਕੱਲੇ ਭਾਸ਼ਣਾਂ ਨਾਲ ਪੰਜਾਬ ਨੇ ਅੱਗੇ ਨਹੀਂ ਜਾਣਾ ਅੱਜ 70-75 ਸਾਲ ਹੋ ਗਏ ਆ ਜਿਵੇਂ ਦੇਸ਼ ਦੇ ਲੋਕ ਗਰੀਬ ਸੀ ਉਵੇਂ ਗਰੀਬ ਆ ਅਮੀਰ ਅਮੀਰ ਹੁੰਦੇ ਜਾਂਦੇ ਆ ਗਰੀਬ ਗਰੀਬ ਹੁੰਦੇ ਜਾਂਦੇ ਆ ਦੋ ਡੰਗ ਦੀ ਰੋਟੀ ਪਿੱਛੇ ਕੋਈ ਸੜਕਾਂ 'ਤੇ ਮੰਗਦਾ ਫਿਰਦਾ ਦੋ ਡੰਗ ਦੀ ਰੋਟੀ ਪਿੱਛੇ ਔਰ ਛੱਤ ਹੈ ਨਹੀਂ ਲੋਕਾਂ ਕੋਲ ਕੋਈ ਫੁੱਟਪਾਲ 'ਤੇ ਜੀ ਜਾਂਦੇ ਆ ਝੁੱਗੀਆਂ 'ਚ ਜੀ ਰਹੇ ਆ ਕੋਈ ਉਹਨਾਂ ਵਾਸਤੇ ਕੁਛ ਕਰੋ ਜਦੋਂ ਮੰਤਰੀਆਂ ਨੂੰ ਕੋਠੀਆਂ ਕਾਰਾਂ ਮਿਲ ਜਾਂਦੀਆਂ ਇਹ ਲੋਕਾਂ ਦੀ ਗੱਲ ਨਹੀਂ ਕਰਦੇ ਸਿਰਫ ਪੜ੍ਹ ਲਿਖ ਕੇ ਜੇ ਮੁੱਦੇ ਦੱਸ ਦਿੰਦੇ ਆ ਪਰ ਮੁੱਦੇ ਕਦੇ ਹੱਲ ਨਹੀਂ ਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।